ਮਨ ਤੁਸੀਂ ਕਦੀ ਵੀ ਦੇਖਿਓ ਜਿਹੜੇ ਫੁਰਨੇ ਆ ਨਾ ਗੁਰਮੁਖ ਸੀਗੇ ਕੋ ਕਹਿੰਦੇ ਵਾਹਿਗੁਰੂ ਜੀ ਸਾਡੇ ਫੁਰਨੇ ਰੁਕਦੇ ਹੀ ਨਹੀਂ ਰੁਕਦੇ ਹੀ ਨਹੀਂ ਰੁਕਦੇ ਹੀ ਨਹੀਂ ਨਾਮ ਵੀ ਜਪੀ ਜੰਨੇ ਆ ਫੁਰਨੇ ਵੀ ਓਨੇ ਤੇਜ਼ ਆਈ ਜਾਂਦੇ ਵੀ ਕੀ ਕਰੀਏ ਵਾਹਿਗੁਰੂ ਜੀ ਇਹੀ ਇੱਕ ਜਿਹੜਾ ਹੱਲ ਹੈ ਵੀ ਆਪਾਂ ਜਦੋਂ ਉੱਚੀ ਨਾਮ ਜਪਦੇ ਆ ਨਾ ਤੇ ਮਨ ਜਿਹੜਾ ਬੋਲਿਆ ਵਾਹਿਗੁਰੂ ਜੋ ਸੁੱਤਾ ਪਿਆ ਉਹਨੂੰ ਉਹਨੂੰ ਸੁਣਾਈ ਦਿੰਦਾ ਨਾਮ ਉਹ ਸਕਾਲ ਪੁਰਖਦਾ ਤੇ ਫਿਰ ਵਾਹਿਗੁਰੂ ਜੀ ਫੁਰਨੇ ਰੁਕਦੇ ਆ ਜਦੋਂ ਮਨ ਜਾਗਦਾ ਵਾ ਗ੍ਰ ਵਾ ਗ੍ਰ ਵਾ ਗ੍ਰ ਵਾ ਗ੍ਰ ਵਾ ਗਰਵਾ 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 ਗੁਰੂ ਜੀ ਵਿੱਚ ਅਸੀ ਆਖ ਖੋਲੀ ਬੰਦ ਕੀਤੀ ਫਿਰ ਖੋਲੀ ਫਿਰ ਬੰਦ ਕੀਤੀ ਵਾਹ ਗੁਰੂ ਜੀ ਉੱਥੇ ਸਾਡੀ ਸੁਰਤੀ ਨਹੀਂ ਜੁੜਨੀ ਅੰਦਰ ਫਿਰ ਉਹ ਸੁਰਤੀ ਕਿਤੇ ਨਾ ਕਿਤੇ ਸਾਡੀ ਬਾਹਰ ਹੀ ਟਿੱਕੀ ਰਹੇਗੀ ਅੰਦਰ ਦੀ ਖੇੜ ਨਹੀਂ ਸਮਝ ਆਏਗੀ ਫਿਰ ਵਾਹ ਗੁਰੂ ਜੀ ਜਿਹੜਾ ਸੀ ਨਾਮ ਜਪਾਂਗੇ ਉਹਨੂੰ ਸਹੀ ਤਰੀਕੇ ਨਾਲ ਜਪਣੇ ਜੁਗਤੀ ਅਨੁਸਾਰ ਸਾਸ ਗ੍ਰਾਸ ਨਾਮ ਜਪਣਾ ਨੱਕ ਰਹੀ ਸਾਹ ਜਦੋਂ ਆਪਾਂ ਅੰਦਰ ਖਿੱਚਿਆ ਜ਼ੋਰ ਦੀ ਨਹੀਂ ਖਿੱਚਣਾ ਪਿਆਰ ਨਾਲ ਉੱਥੇ ਆਪਾਂ ਜਪਣਾ ਵਾਹ ਮੂਰਾ ਹਿੱਸਾ ਛੱਡਣਾ ਜਪਨੇ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਰਾਈ ਗੁਰੂ ਜੀ ਐਵੇਂ ਨਹੀਂ ਜਪਨਾ ਕਿ ਆਪਾਂ ਕਰ ਦਿਆ ਵਾ ਹੈ ਗੁਰੂ ਐਸੇ ਨਹੀਂ ਜਪਨਾ ਫਿਰ ਵਾ ਗੁਰੂ ਜੋ ਸਾਸਗ੍ਰਾਸ ਨਹੀਂ ਹੈਗਾ ਜੇ ਕੋਈ ਗੁਰਮੁਖ ਨਾ ਵਾ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾ ਗੁਰੂ ਜੋ ਗਲਤ ਹੋ ਜਾਂਦਾ ਕਿਉਂਕਿ ਤੁਸੀਂ ਦੇਖੋ ਸਾਸਗ੍ਰਾਸ ਬਨ ਰੇ ਪਹਿਲਾ ਆਪ ਜੀ ਆਪਣੇ ਆਪ ਚ ਵਿਚਾਰ ਕਰ ਲਿਓ ਮਹਾਰਨੇ ਕੇ ਸਾਸ ਗ੍ਰਾਸ ਦੋ ਸਾਹਾਂ ਦੇ ਵਿੱਚ ਉਹਨੂੰ ਕੰਪਲੀਟ ਕਰਨਾ ਇੱਕ ਸਾਹ ਉਧਰੋਂ ਲਿਆ ਸੀ ਤੇ ਇੱਕ ਛੱਡਿਆ ਸੀ ਇੱਕ ਲਿਆ ਸੀ ਇੱਕ ਛੱਡਿਆ ਸੀ ਉਹ ਹੋ ਗਿਆ ਸਾਸ ਗ੍ਰਾਸ ਜਿੱਥੇ ਆਪਾਂ ਕਹਿ ਰਿਹਾ ਵਾਹ ਏ ਗੁਰੂ ਵਾਹ ਏ ਗੁਰੂ ਉੱਥੇ ਵਾਹਿਗੁਰੂ ਜੂ ਸਾਸ ਗ੍ਰਾਸ ਨਹੀਂ ਹੋ ਰਿਹਾ ਔਰ ਵਾਹਿਗੁਰੂ ਜੀ ਜਿਹੜਾ ਵਾਹ ਏ ਗੁਰੂ ਵਾਇਗੁਰੂ ਜੀ ਐ ਵੀ ਹੈਗਾ ਪਰ ਇਹ ਏ ਕਿ ਸੰਸ ਵਿੱਚ ਫਿਰ ਕੰਪਲੀਟ ਮਾਰਾ ਨੇ ਇਹਦੀ ਵੀ ਉਜਗਤੀ ਸਮਝਾਈ ਹੈ ਕਿ ਜਦੋਂ ਆਪਾਂ ਵਾਹਿਗੁਰੂ ਨਾਮ ਜਪਣਾ ਹੈ ਮਾਰਾ ਨੇ ਉਹਦੀ ਉਜਗਤੀ ਸਮਝਾਈ ਹੈ ਕਿ ਵਾਹਿਗੁਰੂ ਜੀ ਪਹਿਲਾ ਆਪਾਂ ਇੱਕ ਮਿੰਟ ਆਪ ਜੀ ਨੂੰ ਦੱਸ ਦਿੰਨੇ ਆ ਜਿਹੜੀ ਸਾਡੀ ਰਸਨਾ ਹੈ ਉੱਥੇ ਸੁਰਤੀ ਜੋੜ ਕੇ ਕਹਿਣਾ ਉਹ ਫੇਰ ਆ ਗਿਆ ਵਾਹਿਗੁਰੂ ਜੀ ਦਿਲ ਤੇ ਆ ਗਏ ਏ ਤੁੰਨੀ ਤੇ ਚਲੇ ਗਏ ਧੜ ਤੇ ਆ ਗਏ ਰ एक, एक साल ओ लंबा फिर एक बार जपद ओ आ गोआ हे ग ਭਾਈ ਗੁਰੂ ਜੀ ਅਗਰ ਆਪ ਜੀ ਨੇ ਵਾਹੇ ਗੁਰੂ ਇਹਦਾ ਜਾਪ ਕਰਨਾ ਹੈ ਤਾਂ ਸੁਰਤੀ ਕਿਦਾਂ ਟਿਕਾਣੀਏ ਪਹਿਲਾ ਵਾਹ ਦੀ ਜਿਹੜੀ ਸੁਰਤੀ ਹੈ ਉਹ ਸੁਰਤੀ ਦੇ ਨਾਲ ਚੱਲਣਾ ਇੱਥੇ ਇੰਜ ਨਹੀਂ ਜਪੀ ਜਾਣਾ ਇੱਕ ਸਾਹ ਲੈਣਾ ਲੰਬਾ ਆਰਾਮ ਨਾਲ ਜਪਣਾ ਹੈ ਸਹਿਜ ਜਪਣਾ ਹੈ ਕਾਲੀ ਨਹੀਂ ਕਰਨੀ ਬੜੇ ਪਿਆਰ ਨਾਲ ਪਹਿਲਾ ਵਾਹ ਦੀ ਜਿਹੜੀ ਸੁਰਤੀ ਹੈ ਉਹ ਰਸਨਾ ਤੇ ਫਿਰ ਦਿਲ ਤੇ ਆ ਗਿਆ ਫਿਰ ਧੁੰਨੀ ਤੇ ਚੱਲ ਗਏ ਫਿਰ ਰੂਪ ਉਹ ਆ ਗਿਆ ਤੜ ਤੇ ਠੀਕ ਹੈ ਭਾਈ ਗੁਰੂ ਜੀ ਇਹਦੇ ਨਾਲ ਜਦੋਂ ਆਪ ਜੀ ਅਭਿਆਸ ਕਰੋਗੇ ਆਪ ਜੀ ਦੇਖਿਓ ਫੁਰਨਿਆਂ ਨੂੰ ਕਿਵੇਂ ਥੰਮ ਲੱਗਦਾ ਕਿੰਨੀ ਸ਼ਾਂਤੀ ਮਿਲੂਗੀ ਮਨ ਨੂੰ ਕਿੰਨਾ ਆਨੰਦ ਬਣੇਗਾ ਉਸ ਤੋਂ ਬਾਅਦ ਆਪ ਜੀ ਨੇ ਸਾਸਕਰਾਸ ਨਾਮ ਜਪਣ ਬੈਠ ਜਾਣਾ ਤੇ ਵੈਗੁਰੂ ਜੀ ਜਿਹੜੀ ਖੇਡ ਹੈ ਉਹ ਬਹੁਤ ਸੋਹਣੀ ਬਣੇਗੀ ਆਪ ਜੀ ਟਰਾਈ ਕਰਿਓ ਜ਼ਰੂਰ ਵਾ ਗਰੇ ਵਾ ਗਰੇ ਵਾ ਗਰੇ ਵਾ ਗਰੇ ਵਾ ਗਰੇ ਵਾ ਗਰੇ